ਪੰਜਾਬ ਦਾ ਨਾਮੀ ਗਾਇਕ ਤੇ ਛੋਟੀ ਉਮਰ ਵਿੱਚ ਵੱਡੀਆਂ ਪਲੰਘਾਂ ਪੁੱਟਣ ਵਾਲਾ ਗਾਇਕ ਸ਼ੁਭ ਜਿਸ ਦੇ ਨਾਲ ਪਹਿਲਾਂ ਵੀ ਇੱਕ ਵਿਵਾਦ ਜੁੜਿਆ ਸੀ ਉਹ ਸੀ ਪੰਜਾਬ ਦਾ ਨਕਸ਼ਾ ਸਾਂਝਾ ਕਰਨ ਦਾ ਸੋਸ਼ਲ ਮੀਡੀਆ ਤੇ ਹੁਣ ਇੱਕ ਟੀ-ਸ਼ਰਟ ਜਿਹੜਾ ਉਸ ਦਾ ਜ਼ਿੰਦਗੀ ਦਾ ਪਹਿਲਾ ਲਾਈਵ ਸ਼ੋਅ ਸੀ ਲੰਡਨ ਦੇ ਅੰਦਰ ਜਿੱਥੇ ਉਸ ਨੇ ਪਰਫਾਰਮ ਕਰਨਾ ਸੀ ਪੂਰੀ ਟੀਮ ਨੇ ਕਾਫੀ ਸਮੇਂ ਤੋਂ ਤਿਆਰੀ ਕੀਤੀ ਸੀ ਹਾਲਾਂਕਿ ਪਹਿਲਾਂ ਵਾਲੇ ਵਿਵਾਦ ਦੇ ਕਰਕੇ ਸਤੰਬਰ ਮਹੀਨੇ ਦੇ ਵਿੱਚ ਹੋਣ ਵਾਲਾ ਇੰਡੀਆ ਟੂਰ ਰੱਦ ਕਰ ਦਿੱਤਾ ਗਿਆ ਕਈ ਕੰਪਨੀਆਂ ਨੇ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਕਿਉਂਕਿ ਇਲਜ਼ਾਮ ਲੱਗੇ ਕਿ ਉਹਨਾਂ ਨੇ ਵਿਵਾਦਿਤ ਨਕਸ਼ਾ ਜਿਹੜਾ ਉਹ ਸਾਂਝਾ ਕਰ ਦਿੱਤਾ ਕਈ ਬਾਲੀਵੁੱਡ ਦੇ ਵਿੱਚ ਵੀ ਖਾਸ ਕਰਕੇ ਕੰਗਣਾ ਰਣੌਤ ਵਰਗੇ ਜਿਹੜੇ ਨਾਮੀ ਚਿਹਰੇ ਨੇ ਉਹਨਾਂ ਨੇ ਵੀ ਉਸ ਗੱਲ ਦਾ ਵਿਰੋਧ ਕੀਤਾ ਤੇ ਇਸ ਵਾਰ ਵੀ ਕਾਫੀ ਕੁਝ ਬੋਲਿਆ ਗਿਆ ਹੁਣ ਉਦੋਂ ਤਾਂ ਜਿਹੜਾ ਮਾਮਲਾ ਸੀ ਟੂ ਰੱਦ ਹੋਣ ਤੋਂ ਬਾਅਦ ਇੱਕ ਵਾਰੀ ਸ਼ਾਂਤ ਹੋ ਗਿਆ ਔਰ ਉਦੋਂ ਵਿਸ਼ੋ ਬਨੇ ਸਪਸ਼ਟ ਕਰਨ ਦਿੱਤਾ ਸੀ ਕਿ ਪੰਜਾਬ ਵੀ ਮੇਰੀ ਰੂਹ ਹੈ ਤੇ ਇੰਡੀਆ ਮੇਰੀ ਕੰਟਰੀ ਹੈ ਉਸ ਦੇ ਵਿੱਚ ਸ਼ੋਬ ਨੇ ਸਪਸ਼ਟ ਕਰਨ ਦਿੰਦੇ ਹੋਇਆ ਕਾਫੀ ਗੱਲਾਂ ਸਾਂਝੀਆਂ ਕਰ ਦਿੱਤੀਆਂ ਸੀ ਇੰਸਟਾਗ੍ਰam ਦੇ ਉੱਤੇ ਹੁਣ ਹਾਲ ਦੀ ਘੜੀ ਦੇ ਵਿੱਚ ਜਿਹੜੇ ਹੋਏ ਜਿਹੜੇ ਅਖੀਰਲੇ ਮਹੀਨੇ ਦੇ ਅਖੀਰਲੇ ਹਫਤੇ 'ਚ ਸ਼ੋ ਸੀ ਉੱਥੇ ਇੱਕ ਟੀ-ਸ਼ਰਟ ਸ਼ੋਅ ਕਰਦਾ ਦਿਖਾਈ ਦੇ ਰਿਹਾ ਸ਼ੁਭ ਗਾਇਕ ਜਿਸ ਦੇ ਉੱਤੇ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ ਤਸਵੀਰਾਂ ਘੁੰਮ ਰਹੀਆਂ ਨੇ ਕਿ ਉਸ ਟੀ-ਸ਼ਰਟ ਦੇ ਉੱਤੇ ਇੰਦਰਾ ਗਾਂਧੀ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਦਾ ਜਿਹੜਾ ਅਸੈਸੀਨੇਸ਼ਨ ਹੋਇਆ ਸੀ ਉਸ ਦੀ ਤਸਵੀਰ ਛਾਪੀ ਗਈ ਹੈ ਉਸ ਨੂੰ ਸੈਲੀਬ੍ਰੇਟ ਕਰਦਾ ਦਿਖਾਈ ਦੇ ਰਿਹਾ ਗਾਇਕ ਸ਼ੁਭ ਹੁਣ ਇਸ ਦੇ ਉੱਤੇ ਵੀ ਸੁਭਾਵਿਕ ਸੀ ਕਿ ਜਦੋਂ ਆਲੋਚਨਾ ਕਾਫੀ ਹੋ ਰਹੀ ਹੈ ਹੁਣ ਸ਼ੁਭ ਵੀ ਜਦੋਂ ਤੋਂ ਵਿਵਾਦ ਜੁੜਦੇ ਨੇ ਸਿੱਖ ਗਿਆ ਹੋਵੇਗਾ ਕਿ ਇਸ ਦਾ ਸਪਸ਼ਟੀਕਰਨ ਦੇਣਾ ਬੇਹੱਦ ਲਾਜ਼ਮੀ ਹੁੰਦਾ ਹੈ ਨਹੀਂ ਤਾਂ ਗੱਲ ਹੋਰ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਸ਼ੁਭ ਨੇ ਫਿਰ ਸਪਸ਼ਟੀਕਰਨ ਦੇ ਦਿੱਤਾ ਔਰ ਕਈ ਤਰ੍ਹਾਂ ਥਾਵਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਜਿਹੜੀ ਆ ਆਲੋਚਨਾ ਹੋ ਰਹੀ ਹੈ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਜਦੋਂ ਕੌਂਟਰੋਵਰਸੀ ਛਿੜੀ ਸੀ ਤਾਂ ਕਿਹਾ ਸੀ ਕਿ ਸ਼ੁਭ ਗਾਇਕ ਦੇ ਨਾਲ ਧੱਕਾ ਹੋ ਰਿਹਾ ਇਸ ਤਰੀਕੇ ਨਾਲ ਆਲੋਚਨਾ ਨਹੀਂ ਹੋਣੀ ਚਾਹੀਦੀ ਔਰ ਨਾ ਹੀ ਜੇਕਰ ਆਲੋਚਨਾ ਕਰਨ ਵਾਲਿਆਂ ਦੀ ਜਿਹੜੀ ਹਿੰਸਕ ਰੂਪ ਕਰਵਾਈ ਆ ਉਹ ਵੀ ਕਾਫੀ ਹੱਦ ਤੱਕ ਵੱਧ ਗਈ ਹੈ ਔਰ ਪਰੇਸ਼ਾਨੀ ਜਿਹੜੀ ਆ ਮਾਨਸਿਕ ਪਰੇਸ਼ਾਨੀ ਵੀ ਕਾਫੀ ਸ਼ੁਭ ਨੂੰ ਝੱਲਣੀ ਪੈ ਰਹੀ ਹੈ ਹਾਲੇ ਉਹ ਵਿਵਾਦ ਠੰਡਾ ਹੋਇਆ ਹੀ ਸੀ ਕਿ ਉਸ ਤੋਂ ਬਾਅਦ ਫਿਰ ਇੱਕ ਟੀ-ਸ਼ਰਟ ਦਿਖਾਉਂਦਿਆਂ ਹੋਇਆਂ ਸ਼ੋਅ ਦੇ ਵਿੱਚ ਸਾਹਮਣੇ ਆਈ ਜਿਹੜੀ ਵੀਡੀਓ ਉਹ ਤਸਵੀਰਾਂ ਵਾਇਰਲ ਹੋਣ ਲੱਗੀਆਂ ਉਸ ਦੇ ਉੱਤੇ ਸ਼ੁਭ ਬੋਲੇ ਨੇ ਸ਼ੁਭ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਹੋਇਆਂ ਕੁਝ ਗੱਲਾਂ ਲਿਖ ਦਿੱਤੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜੋ ਵੀ ਕਰਾਂ ਇਸ ਦੇ ਵਿੱਚੋਂ ਕੁਝ ਨਾ ਕੁਝ ਮਾੜਾ ਚੰਗਾ ਲੱਭ ਹੀ ਲੈਂਦੇ ਨੇ ਆਲੋਚਕ ਮੈਂ ਜੋ ਵੀ ਕਰਦਾ ਕੁਝ ਲੋਕ ਇਸ ਨੂੰ ਮੇਰੇ ਵਿਰੁੱਧ ਲਿਆਉਣ ਲਈ ਕੁਝ ਨਾ ਕੁਝ ਲੱਭ ਲੈਣਗੇ ਲੰਡਨ ਵਿੱਚ ਮੇਰੇ ਪਹਿਲੇ ਸ਼ੋਅ ਵਿੱਚ ਦਰਸ਼ਕਾਂ ਨੇ ਮੇਰੇ ਸਾਰ ਦੇ ਉੱਤੇ ਕਾਫੀ ਕਪੜੇ ਵੀ ਸੁੱਟੇ ਗਹਿਣੇ ਵੀ ਸੁੱਟੇ ਫੋਨ ਤੱਕ ਸੁੱਟੇ ਔਰ ਮੈਂ ਆਪਣਾ ਕੰਮ ਕਰ ਰਿਹਾ ਸੀ ਮੈਨੂੰ ਇਹ ਨਹੀਂ ਸੀ ਪਰਵਾਹ ਕਿ ਮੇਰੇ ਉੱਤੇ ਕੀ ਸੁੱਟਿਆ ਜਾ ਰਿਹਾ ਮੈਂ ਉੱਥੇ ਪ੍ਰਦਰਸ਼ਨ ਕਰਨ ਲਈ ਗਿਆ ਸੀ ਇਹ ਦੇਖਣ ਲਈ ਨਹੀਂ ਕਿ ਮੇਰੇ ਤੇ ਕੀ ਸੁੱਟਿਆ ਗਿਆ ਇਸ ਤੇ ਕੀ ਕਿਹਾ ਜਾ ਰਿਹਾ ਟੀਮ ਨੇ ਤੁਹਾਡੇ ਸਾਰਿਆਂ ਲਈ ਪ੍ਰਦਰਸ਼ਨ ਕਰਨ ਲਈ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਮਿਹਨਤ ਕੀਤੀ ਹੈ ਔਰ ਨਫ਼ਰਤ ਇੱਕ ਨਾਕਰਾਤਮਕਾ ਨੂੰ ਫਲਾਉਣ ਵਾਲਾ ਜਿਹੜਾ ਬੰਦ ਕਰਨਾ ਚਾਹੀਦਾ ਹੈ ਇਹ ਸ਼ੋਭ ਨੇ ਕਿਹਾ ਕਿ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਬੰਦ ਕਰਨਾ ਚਾਹੀਦਾ ਹੈ ਹਾਲਾਂਕਿ ਉਸ ਟੀ-ਸ਼ਰਟ ਦੇ ਉੱਤੇ ਵਾਕਿਆ ਹੀ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਵਾਲੀ ਤਸਵੀਰ ਛਪੀ ਹੋਈ ਸੀ ਜਾਂ ਨਹੀਂ ਛਪੀ ਹੋਈ ਸੀ ਕਿਉਂਕਿ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਸ ਦੇ ਵਿੱਚ ਲਿਸ਼ਕੋਰ ਆ ਜਿਹੜੀ ਲਾਈਟਾਂ ਦੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਉਸ ਦੇ ਵਿੱਚ ਸਾਫ਼ ਦਿਖਾਈ ਵੀ ਨਹੀਂ ਦੇ ਰਿਹਾ ਕਿ ਵਾਕਿਆ ਹੀ ਉਹ ਟੀ-ਸ਼ਰਟ ਉਹੀ ਹੈ ਜਿਸ ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਿਹੜਾ ਅਸੈਸੀਨੇਸ਼ਨ ਦੀ ਤਸਵੀਰ ਹੈ ਜਦੋਂ ਮਾਰਿਆ ਗਿਆ ਸੀ ਉਸ ਦੀ ਤਸਵੀਰ ਹੈ ਜਿਹੜੀ ਛੱਪੀ ਹੋਈ ਹੈ ਹਾਲਾਂਕਿ ਉਹ ਦਿਨ ਵੀ ਅਕਤੂਬਰ ਮਹੀਨੇ ਦਾ ਹੀ ਸੀ ਔਰ ਉਸੇ ਹਫਤੇ ਦੇ ਵਿੱਚ ਹੀ ਇਹ ਤਸਵੀਰ ਸਾਹਮਣੇ ਆ ਜਾਂਦੀ ਹੈ ਇਸੇ ਕਰਕੇ ਆਲੋਚਕਾਂ ਨੇ ਕਾਫੀ ਆਲੋਚਨਾ ਕੀਤੀ ਪਰ ਸ਼ੋਭ ਨੇ ਸਪਸ਼ਟੀਕਰਨ ਦਿੱਤਾ ਕਿ 네ਗਟਿਵਿਟੀ ਨਾ ਫਲਾਓ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਵਾਕਈ ਸੱਚਮੁੱਚ ਉਸ ਟੀ-ਸ਼ਰਟ ਦੇ ਉੱਤੇ ਇੰਦਰਾ ਗਾਧੀ ਨੇ ਉਹ ਅਸੈਸੀਨੇਸ਼ਨ ਵਾਲੀ ਤਸਵੀਰ ਛੱਪੀ ਸੀ ਤਾਂ ਕੀ ਫਿਰ ਉਹ ਕਾਨੂੰਨੀ ਰੂਪ ਵਿੱਚ ਗਲਤ ਸੀ ਜਾਂ ਫਿਰ ਉਸ ਨੂੰ ਸੈਲੀਬ੍ਰੇਟ ਕਰਨਾ ਗਲਤ ਮੰਨ ਰਹੇ ਨੇ ਕੁਝ ਲੋਕ ਇੱਕ ਹਿੱਸਾ ਇਸ ਕਰਕੇ ਵਿਰੋਧ ਹੋ ਰਿਹਾ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਪਹਿਲਾਂ ਭਾਜਪਾ ਦੇ ਯੁਵਾ ਮੋਰਚਾ ਦੇ ਵਿੱਚ ਮumbai ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਵਿਰੋਧ ਕੀਤਾ ਗਿਆ ਤੇ ਹੁਣ ਜਿਹੜੇ ਤਤਕਾਲੀ ਪ੍ਰਧਾਨ ਮੰਤਰੀ ਸਾਰੇ ਜਾਣਦੇ ਨੇ ਕਿ ਉਹਨਾਂ ਦਾ ਪਾਰਟੀ ਦਾ ਜਿਹੜਾ ਸਬੰਧ ਉਹ ਤਾਂ ਕਾਂਗਰਸ ਨਾਲ ਹੈ ਤੇ ਕੀ ਹੁਣ ਕਾਂਗਰਸ ਦੇ ਇੱਕ ਸੈਕਸ਼ਨ ਦੇ ਵੱਲੋਂ ਨੇ ਸਰੋਂ ਪਰਚਾਰਿਆ ਜਾ ਰਿਹਾ ਹੈ ਹਾਲਾਂਕਿ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਉਸ ਦੇ ਉੱਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਸ਼ੁਭ ਦੇ ਬਾਰੇ ਨਹੀਂ ਆਈ ਜਦੋਂ ਪਹਿਲਾਂ ਵਿਰੋਧ ਹੋਇਆ ਸੀ ਉਦੋਂ ਜਰੂਰ ਬੋਲੇ ਸਨ ਜਿਹੜੇ ਨੇ ਕਾਂਗਰਸ ਦੇ ਕੁਝ ਲੀਡਰ ਕਿ ਸ਼ੋਭ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹੁਣ ਇੱਕ ਗੱਲ ਇਹ ਹੈ ਕਿ ਇੱਕ ਤਾਂ ਤਸਵੀਰ ਛੱਪੀ ਸੀ ਕਿ ਨਹੀਂ ਛੱਪੀ ਸੀ ਇਹ ਸ਼ਸ਼ੋ ਪੰਜ ਦੂਸਰਾ ਜੇ ਛੱਪੀ ਸੀ ਤੇ ਉਸ ਦੇ ਵਿੱਚ ਸ਼ੁਭ ਨੇ ਉੱਤੇ ਜਿਹੜੇ ਕੱਪੜੇ ਸੁੱਟੇ ਜਾ ਰਹੇ ਸੀ ਉਸ ਨੂੰ ਹੀ ਲਹਿਰਾ ਦਿੱਤਾ ਟੀ-ਸ਼ਰਟ ਨੂੰ ਸ਼ੁਭ ਨੇ ਇੱਕ ਗਲਤੀ ਕੀਤੀ ਕਿ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਦੂਸਰੇ ਪਾਸੇ ਇਹ ਹੈ ਕਿ ਜੇਕਰ ਉਸ ਟੀ-ਸ਼ਰਟ ਦੇ ਉੱਤੇ ਉਹ ਤਸਵੀਰ ਨਹੀਂ ਸੀ ਕੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਇਸ ਦੇ ਬਾਰੇ ਵੀ ਜਿਹੜੀ ਆ ਫਿਰ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਕੀ ਕਿਸ ਨੇ ਸ਼ਰਾਰਤ ਕੀਤੀ ਜਾਂ ਫਿਰ ਸੱਚਮੁੱਚ ਹੀ ਉਸੇ ਤਰ੍ਹਾਂ ਦੀ ਟੀ-ਸ਼ਰਟ ਸੀ ਜੋ ਲੋਕਾਂ ਵੱਲੋਂ ਸੁੱਟੀ ਗਈ ਸੀ ਹਾਲਾਂਕਿ ਸ਼ੁਭ ਨੇ ਇਸ ਮਸਲੇ ਦੇ ਉੱਤੇ ਜਿਹੜਾ ਸਪਸ਼ਟਿਕਰਨ ਹੁਣ ਤੱਕ ਦਿੱਤਾ ਉਸ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਸ ਟੀ-ਸ਼ਰਟ ਦੇ ਉੱਤੇ ਤਸਵੀਰ ਜੋ ਚਲਾਈ ਜਾ ਰਹੀ ਹੈ ਪ੍ਰਚਾਰੀ ਜਾ ਰਹੀ ਹੈ ਉਹੀ ਹੈ ਜਾਂ ਕੋਈ ਹੋਰ ਪੇਸ਼ ਕੀਤੀ ਗਈ ਹੈ ਪਰ ਫਿਲਹਾਲ ਇਹ ਚਰਚਾ ਦਾ ਵਿਸ਼ਾ ਬਣ ਗਿਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਸ ਦੇ ਬਾਰੇ ਨਿੱਜੀ ਤੌਰ ਦੇ ਉੱਤੇ ਕੀ ਸੋਚਦੇ ਹੋ ਜੋ ਪ੍ਰਚਾਰ ਹੋ ਰਿਹਾ ਹੈ আর ਜੋ ਸ਼ੁਭ ਦੇ ਵੱਲੋਂ ਕੀਤਾ ਗਿਆ ਉਸ ਦੇ ਵਿੱਚ ਕੀ ਨਿਸ਼ਾਨਾ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਜਾਂ ਫਿਰ ਸ਼ੁਭ ਨੇ ਜਿਵੇਂ ਕਿਹਾ ਕਿ ਮੇਰੇ ਉੱਤੇ ਬਹੁਤ ਸਾਰਾ ਸਮਾਨ ਕੱਪੜੇ ਫੋਨ ਔਰ ਕਈ ਤਰ੍ਹਾਂ ਦੇ ਵਿਗਿਆਪਨ ਨੇ ਜਿਹੜੇ ਇਸ਼ਤਿਆਰ ਉਹ ੁੱਟੇ ਜਾ ਰਹੇ ਸੀ ਮੈਨੂੰ ਇਸ ਗੱਲ ਦੀ ਉਦੋਂ ਪਰਵਾਹ ਨਹੀਂ ਸੀ ਕਿਉਂਕਿ ਮੈਂ ਆਪਣੀ ਪਰਫਾਰਮੈਂਸ ਦੇਣ ਗਿਆ ਸੀ ਸਾਡੀ ਟੀਮ ਨੇ ਮਿਹਨਤ ਕੀਤੀ ਸੀ ਕਿ ਕਲਾਕਾਰਾਂ ਨੂੰ ਪਰਫਾਰਮੈਂਸ ਦੇਣ ਲੱਗੀਆਂ ਇਹਨਾਂ ਸਾਰੀਆਂ ਗੱਲਾਂ ਤੇ ਹੁਣ ਸਾਧਨ ਹੋ ਕੇ ਚੱਲਣ ਦੀ ਲੋੜ ਹੈ ਜਾਂ ਫਿਰ ਸਾਧਨ ਜਿੰਨੇ ਵੀ ਚੱਲਣ ਕਿਸੇ ਨਾ ਕਿਸੇ ਨਾਮੀ ਕਲਾਕਾਰ ਜਿਸ ਦੀ ਚੋਟੀ ਦੇ ਉੱਤੇ ਬਲੰਦੀ ਦੇ ਉੱਤੇ ਪਹੁੰਚ ਰਿਹਾ ਉਸ ਨਾਲ ਕੋਈ ਨਾ ਕੋਈ ਕੌਂਟਰੋਵਰਸੀ ਜੋੜ ਦਿੱਤੀ ਜਾਂਦੀ ਹੈ ਇਸ ਦੇ ਬਾਰੇ ਤੁਸੀਂ ਖੁਦ ਕੀ ਸੋਚ ਰਹੇ ਹੋ ਆਪਣੇ ਆਪਣੀ ਸਲਾਮ مشورے ਆਪਣੀ ਆਪਣੀ ਨਿੱਜੀ رائے ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ